ਜਿਹੜੀ ਟਾਈਮ ਆਉਣ ਪ੍ਰਮੋਸ਼ਨ ਸਾਨੂੰ ਦਿੰਦੇ ਸੀ 4-14 ਉਹਦੇ ਉੱਤੇ ਸਰਕਾਰ ਨੇ ਕੁੰਡਲੀ ਮਾਰ ਲਈ ਆ। ਸਰਕਾਰ ਵੱਲੋਂ ਜੀ ਸਿਕਿਉਰਿਟੀ ਸਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ। ਇੱਥੇ ਓਟ ਸੈਂਟਰ ਨੇ 21 ਓਟ ਸੈਂਟਰ ਇਸ ਪੂਰੇ ਜ਼ਿਲ੍ਹੇ ਦੇ ਵਿੱਚ, ਅਤੇ ਸਿਕਿਉਰਿਟੀ ਵਾਲਾ ਇੱਕ ਇੱਕ ਬੰਦਾ ਵੀ ਸਾਨੂੰ ਨਹੀਂ ਦਿੰਦੇ ਪੁਲਿਸ ਮੁਲਾਜ਼ਮਾਂ ਵੱਲੋਂ। ਸਿਕਿਉਰਿਟੀ ਵਾਲਾ ਮਸਲਾ ਜਿਹੜਾ ਹੈਗਾ ਉਹ ਵੀ ਜਿਉਂ ਦਾ ਤਿਉਂ ਹੀ ਪਿਆ, ਕੋਈ ਇਹਦਾ ਹੱਲ ਨਹੀਂ ਕੀਤਾ ਗਿਆ। ਸਿਵਲ ਹੋਸਪਿਟਲ ਦੇ ਵਿੱਚ ਜਿਹੜੇ ਪੇਸ਼ੈਂਟ ਵਿਚਾਰੇ ਆਉਂਦੇ ਆ ਜਿਸ ਵੀ ਇਕਨੋਮਿਕ ਸਟੇਟਸ ਤੋਂ, ਅਤੇ ਉਹਨਾਂ ਨੂੰ ਪਰੇਸ਼ਾਨ ਹੋ ਕੇ ਵਾਪਸ ਹੋ ਜਾਣਾ, ਉਹ ਸਾਨੂੰ ਵੀ ਬੜਾ ਦੁੱਖ ਹੁੰਦਾ। ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਇਹ ਜਿਹੜੀਆਂ ਮੰਗਾਂ ਆਪਣੀਆਂ ਪ੍ਰੋਟੈਸਟ ਕਰਕੇ ਪੂਰੀਆਂ ਕਰਾਈਏ। ਤਰਨ ਤਾਰਨ ਦੇ ਸਰਕਾਰੀ ਹਸਪਤਾਲ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ। ਜੀ ਹਾਂ, ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ 'ਤੇ ਨੇ ਸਾਰੇ ਡਾਕਟਰ। ਤਾਂ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਤਸਵੀਰਾਂ ਵੀ ਵਿਖਾ ਦਿੱਤੀਆਂ ਜਾਣ, ਅਤੇ ਇਹ ਤਸਵੀਰਾਂ ਜਿਹੜੀਆਂ ਨੇ ਉਹਨਾਂ ਤੱਕ ਵੀ ਪਹੁੰਚਾ ਦਿੱਤੀਆਂ ਜਾਣ, ਜਿਨ੍ਹਾਂ ਵੱਲੋਂ ਕਿਹਾ ਜਾਂਦਾ ਸੀ ਕਿ ਸਾਡੇ ਰਾਜ ਦੇ ਵਿੱਚ ਧਰਨੇ ਮੁਜ਼ਾਹਰੇ ਨਹੀਂ ਲੱਗਣਗੇ। ਜੀ ਹਾਂ, ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਸਰਕਾਰ ਜਿਹੜੀ ਹੈ, ਸਿਹਤ ਅਤੇ ਸਿੱਖਿਆ ਨੂੰ ਲੈ ਕੇ ਦਾਅਵੇ ਕਰਨ ਵਾਲੀ ਸਰਕਾਰ ਜਿਹੜੀ ਹੈ, ਉਹਨਾਂ ਦੇ ਰਾਜ ਦੇ ਵਿੱਚ ਜਿਹੜੇ ਹੈ ਉਹ ਸਰਕਾਰੀ ਡਾਕਟਰ ਜਿਹੜੇ ਨੇ ਆਪਣੇ ਆਪ ਨੂੰ ਲੈ ਕੇ ਇੱਥੇ ਧਰਨੇ ਦੇ ਵਿੱਚ ਮੌਜੂਦ ਨੇ। ਤਾਂ ਇਹ ਤਸਵੀਰਾਂ ਉਹਨਾਂ ਤੱਕ ਪਹੁੰਚਣੀਆਂ ਚਾਹੀਦੀਆਂ ਹੈ ਜਿਹੜੇ ਕਹਿੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਕੋਈ ਧਰਨਾ ਮੁਜ਼ਾਹਰਾ ਨਹੀਂ ਹੈ। ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਲਗਾਤਾਰ ਹੜਤਾਲ 'ਤੇ ਨੇ ਅਤੇ ਲੋਕਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਰ। ਕਿਹੜੀਆਂ ਮੁਸ਼ਕਲਾਂ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੇ ਆ ਲਗਾਤਾਰ ਅੱਜ ਚੌਥਾ ਦਿਨ ਹੈ ਹੜਤਾਲ ਦਾ? PCMS ਡਾਕਟਰ ਸਾਹਿਬਾਨ ਜੀ ਸਾਰੇ ਅੱਜ ਜਿਹੜੇ ਸਟ੍ਰਾਈਕ 'ਚ ਸਾਡੇ ਨਾਲ ਇਕੱਠੇ ਹੋਏ ਆ ਜੀ। ਜੀ, ਉਹ ਸਾਡੀਆਂ ਜਿਹੜੀਆਂ ਮੰਗਾਂ ਨੇ, ਸਭ ਤੋਂ ਪਹਿਲੀ ਮੰਗ ਜਿਹੜੀ ਸਾਡੀ ACP ਦੀ ਆ ਜੀ, ਜਿਹੜੀ ਟਾਈਮ ਆਉਣ ਪ੍ਰਮੋਸ਼ਨ ਸਾਨੂੰ ਦਿੰਦੇ ਸੀ 4-14 ਜੀ, ਉਹਦੇ ਉੱਤੇ ਸਰਕਾਰ ਨੇ ਕੁੰਡਲੀ ਮਾਰ ਲਈ ਆ ਕਿ ਇਹ ਪ੍ਰਮੋਸ਼ਨ ਡਾਕਟਰਸ ਨੂੰ ਬੰਦ ਕਰ ਦਿੱਤੀ ਜਾਏਗੀ। ਦੂਸਰਾ ਜਿਹੜਾ ਬਹੁਤ ਹੀ ਇੰਪੋਰਟੈਂਟ ਮੁੱਦਾ ਹੈਗਾ ਉਹ ਸਿਕਿਉਰਿਟੀ ਦਾ, ਜਿੱਥੇ ਸਾਡੀਆਂ ਫੀਮੇਲਸ ਡਾਕਟਰਸ ਕੰਮ ਕਰਦੀਆਂ ਨੇ, ਉੱਥੇ ਫੀਮੇਲਸ ਵਾਸਤੇ ਵੀ ਅਤੇ ਮੇਲਸ ਵਾਸਤੇ ਵੀ, ਜੇ ਮਾਹੌਲ ਜਿਹੜਾ ਸੁਖਾਵਾਂ ਜਾਂ ਸਿਕਿਉਰਿਟੀ ਪਰਪਸ ਦੇ ਨਾਲ ਪੂਰਾ ਫੁਲਫਿਲ ਨਹੀਂ ਕਰੇਗਾ ਤਾਂ ਉਹ ਡਿਊਟੀ ਕਿੱਦਾਂ ਕਰ ਪਾਉਣਗੇ, ਜਦੋਂ ਗੁੰਡੇ ਬਦਮਾਸ਼ ਆ ਕੇ ਤੁਹਾਨੂੰ ਥ੍ਰੈਟ ਕਰਨਗੇ ਜਾਂ ਤੁਹਾਡੇ ਵਾਰਡ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਗੇ ਕਿ ਜਿੱਥੇ ਨਾ ਸਟਾਫ ਕੰਮ ਕਰ ਸਕਦੀ, ਨਾ ਸਾਡਾ ਕੋਈ ਹੋਰ ਹਸਪਤਾਲ ਦਾ ਮੁਲਾਜ਼ਮ ਕੰਮ ਕਰ ਸਕਦਾ, ਅਤੇ ਡਾਕਟਰ ਵੀ ਡਰਿਆ ਹੋਇਆ ਮਹਿਸੂਸ ਕਰੇ ਭਾਵੇਂ ਉਹ ਮੇਲ ਹੈ ਭਾਵੇਂ ਫੀਮੇਲ ਹੈ, ਅਤੇ ਕਿਸ ਤਰ੍ਹਾਂ ਕੰਮ ਚੱਲੇਗਾ। ਸੋ ਸਿਕਿਉਰਿਟੀ ਵਾਲਾ ਜਿਹੜਾ ਸਾਡਾ ਮਸਲਾ ਹੈ ਇਹ ਬਹੁਤ ਇੰਪੋਰਟੈਂਟ ਹੈਗਾ, ਅਤੇ ACP ਹੋ ਗਿਆ, ਸਿਕਿਉਰਿਟੀ ਦਾ ਮਸਲਾ ਹੋ ਗਿਆ, ਪਲੱਸ ਜਿਹੜੀਆਂ ਸਾਡੇ ਟਾਈਮ ਬਾਉਂਡ ਪ੍ਰਮੋਸ਼ਨਸ ਹੈਗੀਆਂ ACP ਦੇ ਵਿੱਚ ਉਹ ਸਾਨੂੰ ਰੋਕ ਹੀ ਦਿੱਤੀਆਂ ਗਈਆਂ। ਪਹਿਲਾਂ ਜਿਹੜੀਆਂ 4-14 ਮਿਲਦੀਆਂ ਸੀਗੀਆਂ ਉਹ ਹੁਣ ਬਿਲਕੁਲ ਹੀ ਉਹਦੇ ਉੱਤੇ ਰੋਕ ਲਾ ਦਿੱਤੀ ਗਈ ਕਿ ਇਹਨਾਂ ਨੂੰ ਡਾਕਟਰਸ ਨੂੰ ਇਹ ਜਿਹੜੀਆਂ ਪ੍ਰਮੋਸ਼ਨਸ ਬੰਦ ਕਰ ਦਿੱਤੀਆਂ ਜਾਣ। ਅਤੇ ਸਿਕਿਉਰਿਟੀ ਵਾਲਾ ਮਸਲਾ ਜਿਹੜਾ ਹੈਗਾ ਉਹ ਵੀ ਜਿਉਂ ਦਾ ਤਿਉਂ ਹੀ ਪਿਆ, ਕੋਈ ਇਹਦਾ ਹੱਲ ਨਹੀਂ ਕੀਤਾ ਗਿਆ। ਸਾਨੂੰ ਕਹਿ ਦਿੱਤਾ ਗਿਆ ਕਿ ਤੁਸੀਂ FIR ਕਰਾਓ, ਤੁਹਾਨੂੰ FIR ਕਰਾਉਣੀ ਆਉਣੀ ਚਾਹੀਦੀ ਹੈ। ਇਹ ਗੱਲਾਂ ਤਾਂ ਆਲਰੇਡੀ ਡਾਕਟਰਸ ਨੂੰ ਪਤਾ ਹੁੰਦੀਆਂ ਨੇ ਇਹ FIR ਕਰਾਉਣੀ ਹੈ, ਲੇਕਿਨ ਜੇਕਰ FIR ਕਰਾਉਣੀ ਨਾ ਪਵੇ ਤਾਂ ਉਹ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜਦੋਂ ਕੋਈ ਹਾਦਸਾ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇਕੱਠੇ ਹੋ ਜਾਂਦੇ ਹਾਂ, ਫਿਰ ਅਸੀਂ ਪ੍ਰੋਟੈਸਟ ਕਰਦੇ ਹਾਂ, ਉਹਦਾ ਕੋਈ ਫਾਇਦਾ ਨਹੀਂ ਹੈ। ਸੋ ਮੇਰੇ ਨਾਲ ਸਾਰੇ PCMS ਡਾਕਟਰ ਜਿੰਨੇ ਵੀ ਇਕੱਠੇ ਹੋਏ ਆ ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ, ਅਤੇ ਨਾਲ ਹੀ ਅਸੀਂ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਸਾਨੂੰ ਇਹ ਜਿਹੜੇ ਸਾਡੇ ਮਸਲੇ ਆ ਇਹ ਸਮੇਂ ਦੇ ਨਾਲ ਹੱਲ ਕੀਤੇ ਜਾਣ। ਪੇਸ਼ੈਂਟ ਪਹਿਲਾਂ ਹੀ ਬੜੇ ਪਰੇਸ਼ਾਨ ਹੋ ਰਹੇ ਨੇ, ਸਿਵਲ ਹੋਸਪਿਟਲ ਦੇ ਵਿੱਚ ਜਿਹੜੇ ਪੇਸ਼ੈਂਟ ਵਿਚਾਰੇ ਆਉਂਦੇ ਆ ਜਿਸ ਵੀ ਇਕਨੋਮਿਕ ਸਟੇਟਸ ਤੋਂ,
ਤੇ ਉਹਨਾਂ ਨੂੰ ਪਰੇਸ਼ਾਨ ਹੋ ਕੇ ਵਾਪਸ ਹੋ ਜਾਣਾ, ਉਹ ਸਾਨੂੰ ਵੀ ਬੜਾ ਦੁੱਖ ਹੁੰਦਾ। ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਇਹ ਜਿਹੜੀਆਂ ਮੰਗਾਂ ਆਪਣੀਆਂ ਪ੍ਰੋਟੈਸਟ ਕਰਕੇ ਪੂਰੀਆਂ ਕਰਾਈਏ, ਪਤਾ ਨਹੀਂ ਪੂਰੀਆਂ ਕਰਨ ਵਾਸਤੇ ਵੀ ਉਹ ਸੋਚ ਰਹੇ ਵੀ ਨਾ ਕਰੀਏ। ਸੋ ਇਹ ਅਸੀਂ ਮੰਗ ਕਰਦੇ ਹਾਂ ਪ੍ਰਜੋਰ ਵੀ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ, ਜਾਇਜ਼ ਮੰਗਾਂ ਨੇ, ਕੋਈ ਨਜਾਇਜ਼ ਮੰਗਾਂ ਨਹੀਂ ਹੈਗੀਆਂ, ਅਤੇ ਸਾਨੂੰ ਟਾਈਮ ਬਾਉਂਡ ਸਾਰਿਆਂ ਨੂੰ ਪ੍ਰਮੋਸ਼ਨ ਦਿੱਤੀ ਜਾਵੇ, ਸਾਡੀ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ, ਅਤੇ ਸਾਡੀਆਂ ਜਿਹੜੀਆਂ ਡਿਊਟੀਆਂ ਹੋਰ ਲਗਾ ਦਿੱਤੀਆਂ ਜਾਂਦੀਆਂ, ਜਿਵੇਂ ਪੋਸਟਮਾਰਟਮ 'ਤੇ ਸਾਨੂੰ VIP ਡਿਊਟੀਆਂ ਕਰਨੀ ਪੈਂਦੀਆਂ, ਫਿਰ ਸਾਨੂੰ ਕਿਤੇ ਵੀ ਪੋਲਿੰਗ ਡਿਊਟੀ 'ਤੇ ਕਿਤੇ ਵੀ ਭੇਜ ਦਿੱਤਾ ਜਾਂਦਾ। ਸੋ ਉਹਦੇ ਵਾਸਤੇ ਸਰਪਲਸ ਡਾਕਟਰ ਹੋਣੇ ਚਾਹੀਦੇ ਨੇ, ਜਿਹੜੇ ਸਾਡੇ ਕੋਲ MBBS ਕੇਡਰ ਦੇ ਵੀ, ਸਪੈਸ਼ਲਿਸਟ ਕੇਡਰ ਦੇ ਵੀ, ਜਿੱਥੇ ਕੋਈ ਇੱਦਾਂ ਕੈਂਪ ਲੱਗਦਾ ਜਾਂ ਕੋਈ ਹੋਰ ਡਿਊਟੀ ਦੀ ਲੋੜ ਹੈ ਉੱਥੇ ਉਹ ਡਾਕਟਰ ਭੇਜੇ ਜਾਣ, ਜਾਂ ਜੇ ਸਾਡੇ 'ਚੋਂ ਵੀ ਭੇਜੇ ਜਾਂਦੇ ਨੇ ਤਾਂ ਘੱਟੋ ਘੱਟ ਸਾਡੀ ਗਿਣਤੀ ਪੂਰੀ ਕੀਤੀ ਜਾਵੇ। ਸਾਡੀ 4600 ਕਿੰਨੀ ਡਾਕਟਰਾਂ ਦੀ ਗਿਣਤੀ ਆ, ਅਤੇ ਭਰਤੀ ਕੀਤੇ ਸਾਰੇ 2700 ਕਿੰਨੇ, ਅਤੇ ਉਹਦੇ ਨਾਲ ਕੀ ਹੈ ਕਿ ਸਾਡੇ ਉੱਤੇ ਬਰਡਨ ਪੈਂਦਾ, ਅਸੀਂ ਨਾ ਸਪੈਸ਼ਲਿਸਟ ਵਰਕ ਕਰ ਪਾਉਂਦੇ ਹਾਂ ਅਤੇ ਨਾ ਹੀ ਅਸੀਂ ਉਹ ਜਿਹੜਾ ਵਰਕ ਇੱਧਰ ਉੱਧਰ ਵਾਲਾ ਉਹ ਕਰਨਾ ਪੈ ਜਾਂਦਾ ਸਾਨੂੰ, ਕਿਉਂਕਿ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ। ਪੋਸਟਮਾਰਟਮ ਕਿਸੇ ਦਾ ਰੋਕ ਨਹੀਂ ਸਕਦੇ, OPD ਦੇ ਵਿੱਚ ਲੋਕਾਂ ਨੇ ਵਿਚਾਰਿਆਂ ਨੇ ਪਰੇਸ਼ਾਨ ਹੋ ਕੇ ਵਾਪਸ ਘਰੇ ਚਲੇ ਜਾਣਾ, ਅਤੇ ਸਾਨੂੰ ਕਹਿ ਦਿੱਤਾ ਜਾਂਦਾ ਤੁਸੀਂ ਪੋਸਟਮਾਰਟਮ ਕਰ ਦਿਓ, ਪਰਚਾ ਕੱਟ ਦਿਓ, ਅਤੇ ਇਹ ਵਾਸਤੇ ਭਰਤੀ ਕੀਤੀ ਜਾਵੇ ਰੈਗੂਲਰ ਡਾਕਟਰਾਂ ਦੀ, ਇਹਨਾਂ ਨੂੰ ਠੇਕੇਦਾਰ ਨਾ ਬਣਾਇਆ ਜਾਵੇ ਡਾਕਟਰਾਂ ਨੂੰ, ਜਿੱਦਾਂ ਕਿ ਪਹਿਲਾਂ ਚੱਲ ਰਿਹਾ। ਅਤੇ PCMS ਜਿਹੜਾ ਕੇਡਰ ਆ ਖਤਮ ਕਰਨ ਦਾ ਕਾਰਨ ਹੀ ਇਹ ਆ ਵੀ ਇਹਨਾਂ ਨੇ ਉਹਨਾਂ ਨੂੰ ਭਰਤੀ ਨਹੀਂ ਕੀਤਾ, ਅਤੇ ਨਵੇਂ ਠੇਕੇਦਾਰੀ ਪ੍ਰਥਾ ਜਿਹੜੀਆਂ ਸ਼ੁਰੂਆਤ ਕਰਕੇ ਇਹ ਡਾਕਟਰਸ ਦੇ ਜਿਹੜੇ ਸਰ ਮੈਡੀਕਲ ਅਫਸਰ ਸੀਗਾ ਇਹਨਾਂ ਦਾ ਕੇਡਰ ਖਤਮ ਕਰ ਦਿੱਤਾ ਗਿਆ, ਅਤੇ ਹੁਣ ਅਲਟੀਮੇਟਲੀ ਹੋਰ ਚਾਹੁੰਦੇ ਆ ਵੀ ਜਿਹੜੇ ਥੋੜ੍ਹੇ ਬਹੁਤੇ ਰਹਿ ਗਏ ਆ ਉਹ ਵੀ ਸਰਵਿਸ ਛੱਡ ਕੇ ਚਲੇ ਜਾਣ, ਅਤੇ ਅਸੀਂ ਜਿਹੜਾ ਡਾਕਟਰ ਜਾਂ ਸਰਕਾਰੀ ਡਾਕਟਰਸ ਆ ਉਹ ਗੱਲ ਹੀ ਖਤਮ ਕਰੀਏ, ਪ੍ਰਾਈਵੇਟ ਕੋਲ ਕਰਾ ਲਿਆ ਕਰੀਏ ਜੋ ਇਹਨਾਂ ਦਾ ਸਿਸਟਮ ਚੱਲਦਾ ਪਿਆ। ਪਿਛਲੇ 4 ਦਿਨ ਤੋਂ ਹੜਤਾਲ 'ਤੇ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਭਰੋਸਾ ਦਿਵਾਉਣ ਵਾਸਤੇ ਪਹੁੰਚਿਆ ਹੋਵੇ ਕੋਈ? ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਪਹਿਲ ਕਦਮੀ ਸਰਕਾਰ ਵੱਲੋਂ ਨਹੀਂ ਕੀਤੀ ਗਈ, ਜਿਹੜੀ ਕਿ ਬੜੀ ਮੰਦਭਾਗੀ ਹੈ ਵੀ ਪੇਸ਼ੈਂਟਸ ਵਾਸਤੇ, ਔਰ ਤੁਸੀਂ ਆਪਣੀ ਸਟੇਟ ਵਾਸਤੇ ਕੀ ਸੋਚਦੇ ਹੋ? ਸੋ ਇਹ ਉਹਨਾਂ ਦਾ ਰਵੱਈਆ ਮਾੜਾ ਹੈ ਜੀ। ਜੇਕਰ ਇਹ ਮੰਗਾਂ ਇਸੇ ਤਰ੍ਹਾਂ ਲਟਕਦੀਆਂ ਰਹੀਆਂ ਤਾਂ ਫਿਰ ਆਉਣ ਵਾਲੇ ਸਮੇਂ 'ਚ ਇਹ ਦਰੀ ਇੱਥੇ ਪਈ ਰਹੇਗੀ, ਡਾਕਟਰ ਜਿਹੜੇ ਕੰਮ ਨਹੀਂ ਕਰਨਗੇ ਇਸੇ ਤਰ੍ਹਾਂ ਬੈਠੇ ਰਹਿਣਗੇ? ਅਜੇ ਅਸੀਂ ਐਮਰਜੈਂਸੀ ਡਿਊਟੀ ਜਿਹੜੀਆਂ ਚਾਲੂ ਰੱਖੀਆਂ ਨੇ, ਪੋਸਟਮਾਰਟਮ ਵੀ ਕਰ ਰਹੇ ਹਾਂ, ਪਰਚੇ ਵੀ ਘੱਟ ਰਹੇ ਹਾਂ, ਲੇਕਿਨ ਸਰਕਾਰ ਮਜਬੂਰ ਕਰੇਗੀ ਤਾਂ ਫਿਰ ਡਾਕਟਰਸ ਹਰ ਹੱਦ ਤੱਕ ਜਾਣ ਨੂੰ ਤਿਆਰ ਬੈਠੇ ਆ, ਅਤੇ ਸਰਕਾਰ ਨੂੰ ਇਹ ਗੱਲ ਬਾਰੇ ਧਿਆਨ ਕਰਨਾ ਚਾਹੀਦਾ ਜੀ। ਤਾਂ ਤੁਸੀਂ ਵੇਖਿਆ ਕਿ ਉਹਨਾਂ ਨੇ ਦੱਸਿਆ ਹੈ ਕਿ ਮੰਗਾਂ ਜਿਹੜੀਆਂ ਨੇ ਕੋਈ ਬਹੁਤੀਆਂ ਜਿਹੜੀਆਂ ਵੱਡੀਆਂ ਨਹੀਂ ਹੈ ਕਿ ਜਿਹੜੀਆਂ ਸਰਕਾਰ ਹੱਲ ਨਹੀਂ ਕਰ ਸਕਦੀ, ਤਾਂ ਹੋਰ ਵੀ ਸਾਡੇ ਨਾਲ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ। ਮੈਮ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਫੀਮੇਲ ਨੂੰ ਇੱਥੇ ਗੱਲਬਾਤ ਦੇ ਦੌਰਾਨ ਵੀ ਉਹਨਾਂ ਨੇ ਦੱਸਿਆ ਕਿ ਫੀਮੇਲਸ ਡਾਕਟਰ ਨੂੰ ਜਿਹੜਾ ਹੈ ਖਤਰੇ ਦੀ ਗੱਲ ਜੇ ਹੋਈ ਹੈ ਕਿ ਸਿਕਿਉਰਿਟੀ ਨੂੰ ਲੈ ਕੇ, ਕੀ ਕਹਿਣਾ ਚਾਹੋਗੇ ਸਰਕਾਰ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ, ਕੋਈ ਬੋਲਣਾ ਚਾਹੇਗਾ ਜੀ? ਤੁਸੀਂ ਹਾਂਜੀ, ਇਹ ਸਰਕਾਰ ਵੱਲੋਂ ਜੀ ਸਿਕਿਉਰਿਟੀ ਸਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ। ਇੱਥੇ ਓਟ ਸੈਂਟਰ ਨੇ, 21 ਓਟ ਸੈਂਟਰ ਇਸ ਪੂਰੇ ਜ਼ਿਲ੍ਹੇ ਦੇ ਵਿੱਚ, ਅਤੇ ਸਿਕਿਉਰਿਟੀ ਵਾਲਾ ਇੱਕ ਇੱਕ ਬੰਦਾ ਵੀ ਸਾਨੂੰ ਨਹੀਂ ਦਿੰਦੇ ਪੁਲਿਸ ਮੁਲਾਜ਼ਮਾਂ ਵੱਲੋਂ। 1500-1600 ਬੰਦਾ ਰੋਜ਼ ਆਉਂਦਾ, ਉਹ ਉੱਥੇ ਫੀਮੇਲ ਸਟਾਫ ਹੈ ਅਤੇ ਉਹ ਬਹੁਤ ਜ਼ਿਆਦਾ ਗਾਲੀ ਗਲੋਚ ਕੀਤੀ ਜਾਂਦੀ ਹੈ। ਜੇ ਮੰਨ ਲਓ ਕਿਸੇ ਨੂੰ ਗੋਲੀ ਨਹੀਂ ਵੀ ਮਿਲਦੀ, ਉਹ ਵੀ ਭਾਂਡਾ ਸਾਡੇ 'ਤੇ ਹੀ ਪਾ ਦਿੱਤਾ ਜਾਂਦਾ ਵੀ ਡਾਕਟਰ ਕੰਮ ਨਹੀਂ ਕਰਨਾ ਚਾਹੁੰਦਾ। ਇਸ ਹਾਲਾਤਾਂ ਵਿੱਚ ਹੁਣ ਸਟ੍ਰਾਈਕ ਚੱਲ ਰਹੀ, ਆਪਾਂ ਇੱਥੇ ਬੈਠੇ ਤਾਂ ਵੀ ਉੱਥੇ ਧਰਨਾ ਲਾ ਕੇ ਗਾਲੀ ਗਲੋਚ ਕਰ ਰਹੇ ਹੈ। ਤੁਹਾਡੇ ਵੱਲੋਂ ਸਮਾਂ ਪੂਰਾ ਦਿੱਤਾ ਜਾਂਦਾ? ਬਿਲਕੁਲ ਜੀ, ਪੂਰਾ ਦਿੱਤਾ ਜਾਂਦਾ ਜਿੰਨਾ ਕੁ ਅਸੀਂ ਕਰ ਸਕਦੇ ਹੋ। ਕੋਈ ਤਾਂ ਅਸੀਂ ਕਿੰਨੀ ਵਾਰੀ ਲਿਖਿਆ ਸਾਨੂੰ ਐਟਲੀਸਟ ਪੁਲਿਸ ਮੁਲਾਜ਼ਮ ਉੱਥੇ ਤਾਂ ਦਿੱਤੇ ਜਾਣ ਜਿੱਥੇ ਆਪਾਂ ਨੂੰ ਪਤਾ ਵੀ ਐਵੇਂ ਦੇ ਲੋਕ ਆਉਂਦੇ ਆ, ਕਿਉਂਕਿ ਉਹਨਾਂ ਦਾ ਇਹ ਹੈ ਵੀ ਉਹਨਾਂ ਦਾ ਵੀ ਕਸੂਰ ਨਹੀਂ ਹੈ। ਜਿਹੜੇ ਬੰਦੇ ਨਸ਼ੇ ਕਰਦੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੀ ਹੁੰਦੇ ਆ, ਉਹ ਕੁਛ ਵੀ ਕਰ ਸਕਦੇ ਆ। ਉਸ ਵਾਸਤੇ ਵੀ ਸਾਨੂੰ ਸਿਕਿਉਰਿਟੀ ਨਹੀਂ ਮਿਲ ਸਕਦੀ, ਉਹ ਵੀ ਨਹੀਂ ਦੇ ਪਾ ਰਹੀ ਸਰਕਾਰ ਨੂੰ, ਬਹੁਤ ਸਾਲ ਹੋ ਗਏ ਸਾਨੂੰ ਕਹਿੰਦੇ ਹੋਏ। ਅਤੇ ਐਮਰਜੈਂਸੀ ਵਿੱਚ ਵੀ ਸਾਡੀ ਜਿਹੜੀ ਫੀਮੇਲ ਸਟਾਫ ਹੈ ਨਾਈਟ ਡਿਊਟੀਆਂ ਕਰਦੇ ਆ, ਉਹ ਵਿਚਾਰੇ ਇੱਕ ਪਾਸੇ ਸਾਰੇ ਜਿਹੜੇ ਅੰਦਰ ਆ ਜਾਂਦੇ ਆ, ਇੱਕੋ ਹੀ ਡਾਕਟਰ ਕੀ ਕੰਮ ਕਰ ਸਕਦਾ,
ਸਟਾਫ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਜੇ ਉਹਨਾਂ ਦੀ ਨਹੀਂ ਉਹ ਕੀਤੀ ਜਾਂਦੀ। ਸਾਡੀ ਬਸ ਇਹੀ ਮੰਗ ਹੈ ਵੀ ਸਾਡੀ ਮੰਗਾਂ ਪੂਰੀਆਂ ਕੀਤੀ ਜਾਣ ਸਿਕਿਉਰਟੀ, ਔਰ ਤਨਖਾਹ ਦੇਣ ਵੇਲੇ ਜਾਂ ਸਾਡੇ ਭੱਤੇ ਉਹ ਬੰਦ ਕਰ ਦਿੱਤੇ ਜਾਂਦੇ ਆ। ਇੱਕੋ ਡਾਕਟਰ ਚਾਰ ਚਾਰ ਕੰਮ ਕਿਵੇਂ ਕਰ ਸਕਦਾ? ਅਸੀਂ ਵੀ ਤਾਂ ਇਨਸਾਨ ਹੈ, ਸਾਡੀ ਵੀ ਤਾਂ ਫੈਮਿਲੀ ਹੈ। ਲਗਾਤਾਰ ਲੋਕ ਵੀ ਜਿਹੜੇ ਨੇ ਉਹ ਹੋਸਪਿਟਲ ਦੇ ਵਿੱਚ ਖੱਜਲ ਖੁਆਰ ਹੋ ਰਹੇ ਨੇ, ਤਾਂ ਹੋਰ ਵੀ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲਬਾਤ ਜ਼ਰੂਰ ਕਰਾਂਗੇ। ਸਰ, ਹੜਤਾਲ ਦਾ ਚੌਥਾ ਦਿਨ, ਕੋਈ ਸਰਕਾਰੀ ਨੁਮਾਇੰਦਾ, ਕੋਈ ਸਰਕਾਰ ਦਾ ਨੁਮਾਇੰਦਾ ਹਾਲੇ ਤੱਕ ਨਹੀਂ ਪਹੁੰਚਿਆ, ਲੋਕਾਂ 'ਚ ਖੱਜਲ ਖੁਆਰੀ ਹੈ, ਲੋਕ ਖੱਜਲ ਖੁਆਰ ਹੋ ਰਹੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਪਹਿਲੀ ਗੱਲ, ਸਭ ਤੋਂ ਵੱਡੀ ਗੱਲ ਆ ਵੀ ਅਸੀਂ ਵੀ ਇੱਥੇ ਲੋਕਾਂ ਵਾਸਤੇ ਹਾਂ ਜੀ ਜੀ, ਅਤੇ ਸਰਕਾਰ ਵੀ ਲੋਕਾਂ ਵਾਸਤੇ ਆ, ਪਰ ਸਾਨੂੰ ਲੱਗਦਾ ਵੀ ਸਰਕਾਰ ਇਸ ਵੇਲੇ ਲੋਕਾਂ ਦੇ ਹੱਕ 'ਚ ਜਿਹੜੀ ਆ ਵੀ ਉਹਨਾਂ ਨੂੰ ਨਹੀਂ ਚਾਹੁੰਦੀ ਵੀ ਉਹਨਾਂ ਨੂੰ ਨਿਰਵਿਘਨ ਸੇਵਾਵਾਂ ਮਿਲਣ, ਨਿਰਵਿਘਨ ਉਹਨਾਂ ਨੂੰ ਦਵਾਈਆਂ ਮਿਲਣ, ਉਹਨਾਂ ਦਾ ਇਲਾਜ ਹੋਵੇ। ਜਦਕਿ ਅਸੀਂ 6 ਮਹੀਨੇ ਤੋਂ ਸਰਕਾਰ ਨੂੰ ਕਹਿ ਰਹੇ ਹਾਂ ਵੀ ਸਾਡੀਆਂ ਜਿਹੜੀਆਂ 2-4 ਡਿਮਾਂਡ ਨੇ ਉਹ ਪੂਰੀਆਂ ਕਰੋ। ਅਸੀਂ ਬੜੇ ਲੰਬੇ ਸਮੇਂ ਤੋਂ, ਅਸੀਂ ਸਾਰੇ ਜ਼ਿਲ੍ਹੇ 'ਚ 150 ਪੋਸਟ ਆ ਡਾਕਟਰਾਂ ਦੀ ਤਰਨ ਤਾਰਨ ਜ਼ਿਲ੍ਹੇ 'ਚ, ਜਿਹਦੇ ਵਿੱਚ ਅਸੀਂ ਸਿਰਫ 30-35 ਡਾਕਟਰ ਹੀ ਕੰਮ ਕਰ ਰਹੇ ਹਾਂ। ਸਰਕਾਰ ਨੇ ਹੋਰ ਕੰਟਰੈਕਟ 'ਤੇ ਡਾਕਟਰ ਉੱਧਰ ਨੂੰ ਰੱਖੇ ਆ, ਦੂਜੇ ਪਾਸੇ ਰੱਖੇ ਆ, ਪਰ ਸਭ ਤੋਂ ਜ਼ਿਆਦਾ ਰਸ਼ ਤੁਹਾਨੂੰ ਪਤਾ ਸਿਵਲ ਹੋਸਪਿਟਲਾਂ 'ਚ। ਇਸ ਸਰਕਾਰ ਨੇ ਆਣ ਕੇ ਹੈਲਥ ਸਿਸਟਮ ਨੂੰ ਜਿਹੜਾ ਆ ਉਹਨੂੰ ਵਧੀਆ ਕਰਨ ਦੀ ਬਜਾਏ, ਇਹਨਾਂ ਨੇ ਕਿਹਾ ਸੀ ਅਸੀਂ ਵਧੀਆ ਕਰਾਂਗੇ, ਵਧੀਆ ਕਰਨ ਦੀ ਬਜਾਏ ਇਹਨਾਂ ਨੇ ਉਹਨੂੰ ਇੱਕਦਮ ਹਿਲਾ ਕੇ ਰੱਖਤਾ। ਮਤਲਬ ਜਦੋਂ ਉਹਨਾਂ ਨੇ ਸਿਸਟਮ ਦਾ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਸਾਡਾ ਕੇਡਰ ਹੁੰਦਾ, ਸਾਡਾ ਮਤਲਬ ਪ੍ਰਾਇਮਰੀ ਹੈਲਥ ਸਿਸਟਮ ਆ, ਸਾਡਾ ਦੂਸਰਾ ਸਿਸਟਮ ਆ, ਉਹਨੂੰ ਇਹਨਾਂ ਹਿਲਾ ਕੇ ਰੱਖਤਾ। ਅਸੀਂ ਚਾਹੁੰਦੇ ਵੀ ਸਾਨੂੰ ਡਾਕਟਰਾਂ ਦੀ ਭਰਤੀ ਕਰਕੇ ਦਿਓ। ਸਾਡੇ ਵਿੱਤੀ ਲਾਭ ਜਿਹੜੇ ਆ, ਸਾਡਾ ACP 4-9-14 ਰੁਕੇ ਪਏ ਸਾਰੇ ਡਾਕਟਰਾਂ ਦੇ। ਹਰ ਬੰਦਾ ਨੌਕਰੀ ਕਰਦਾ ਵੀ ਉਹਨੂੰ ਹੁੰਦਾ ਵੀ ਮੇਰੀ 1 ਸਾਲ ਬਾਅਦ ਥੋੜ੍ਹੀ ਬਹੁਤੀ ਤਨਖਾਹ ਵੱਧ ਜਾਣੀ ਆ, ਤਾਂ ਉਹ ਕਰਦਾ। ਅਸੀਂ ਇਹ ਚੀਜ਼ 'ਚ ਉਹਨਾਂ ਨੂੰ ਸਰਕਾਰ ਨੂੰ ਲੈ ਕੇ ਚੱਲੇ ਹੋਏ ਹਾਂ ਵੀ ਤੁਸੀਂ ਸਾਡੇ ਜਿਹੜੀਆਂ ਸੇਵਾਵਾਂ ਜਿਹੜੀਆਂ ਦਿਓ। ਅਸੀਂ 6 ਮਹੀਨੇ ਤੋਂ ਕਹਿ ਰਹੇ ਹਾਂ ਪਰ ਉਹਨਾਂ ਨਹੀਂ ਪੂਰੀਆਂ ਕੀਤੀਆਂ, ਸਾਨੂੰ ਮਜਬੂਰਨ ਇਹ ਹੜਤਾਲ ਕਰਨੀ ਪਈ ਆ। ਬਿਲਕੁਲ ਅਸੀਂ ਜਿਹੜੀ ਆ ਵੀ ਕੰਪਲੀਟ OPD ਬੰਦ ਕੀਤੀ ਆ, ਅਤੇ ਜਿਹਦੇ ਕਰਕੇ ਮਰੀਜ਼ ਪਰੇਸ਼ਾਨ ਹੋ ਰਹੇ ਆ। ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਸਰਕਾਰ ਨੂੰ ਵੀ ਸਾਡਾ ਜਲਦੀ ਤੋਂ ਜਲਦੀ ਹੱਲ ਕਰੋ ਅਤੇ ਜਿਹੜਾ ਅਸੀਂ ਮਰੀਜ਼ਾਂ ਨੂੰ ਨਿਰਵਿਘਨ ਸੇਵਾਵਾਂ ਦੇਈਏ।